ਸਤਿ ਸ਼੍ਰੀ ਅਕਾਲ ਜੀ। ਸੂਚਨਾ ਇਹ ਹੈਗੀ ਆ ਕਿ ਸਾਡੇ ਦੇਸ਼ ਦੇ ਵਿੱਚ ਜਵਾਹਰ ਨਵੋਦਿਆ ਵਿਦਿਆਲਿਆ ਤਕਰੀਬਨ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਖੁੱਲ੍ਹਿਆ ਹੋਇਆ ਹੈਗਾ। ਇਹ ਜਿਹੜੇ ਸਕੂਲ ਹੈਗੇ ਨੇ ਇਹ ਕੇਂਦਰ ਸਰਕਾਰ ਵੱਲੋਂ ਚਲਾਏ ਜਾਂਦੇ ਨੇ ਅਤੇ ਇਹਨਾਂ ਸਕੂਲਾਂ ਦੇ ਵਿੱਚ 6ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਜਿੱਥੇ ਬਿਲਕੁਲ ਫ੍ਰੀ ਐਜੂਕੇਸ਼ਨ ਦਿੱਤੀ ਜਾਂਦੀ ਹੈ ਉੱਥੇ ਨਾਲ ਹੀ ਹੋਸਟਲ ਅਤੇ ਰਹਿਣ ਅਤੇ ਖਾਣ ਪੀਣ ਦਾ ਵੀ ਸਾਰਾ ਪ੍ਰਬੰਧ ਬਿਲਕੁਲ ਮੁਫਤ ਹੁੰਦਾ ਹੈਗਾ। ਸੋ ਇਹਨਾਂ ਸਕੂਲਾਂ ਦੇ ਵਿੱਚ ਜਿਹੜਾ ਸਾਲ 2025-26 ਦਾ ਜਿਹੜਾ ਵਿੱਦਿਅਕ ਸੈਸ਼ਨ ਹੈਗਾ ਵਾ ਉਹਦੇ ਵਿੱਚ 6ਵੀਂ ਕਲਾਸ ਦੇ ਬੱਚੇ ਜਿਹੜੇ ਦਾਖਲ ਕੀਤੇ ਜਾਣੇ ਨੇ ਉਹਨਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਨੇ ਵੀ ਜਿਹੜੇ ਬੱਚੇ ਇੰਟਰਸਟਡ ਹੈਗੇ ਨੇ ਇਹਨਾਂ ਸਕੂਲਾਂ ਦੇ ਵਿੱਚ ਦਾਖਲਾ ਲੈਣ ਵਾਸਤੇ, ਸੋ ਉਹਨਾਂ ਨੂੰ ਹੁਣ ਔਨਲਾਈਨ ਅਪਲਾਈ ਕਰਨਾ ਪਊਗਾ। ਸੋ ਦੋਸਤੋ, ਜਿਹੜੇ ਬੱਚੇ ਇਸ ਪ੍ਰੀਖਿਆ ਦੇ ਵਿੱਚ ਬਹਿ ਸਕਦੇ ਨੇ ਉਹਨਾਂ ਦੇ ਵਿੱਚ ਉਹਨਾਂ ਵਾਸਤੇ ਕੁਛ ਯੋਗਤਾ ਰੱਖੀ ਗਈ ਹੈ, ਉਹ ਨੋਟ ਕਰ ਲਵੋ। ਜਿਹੜੇ ਵੀ ਵਿਦਿਆਰਥੀ ਨੇ ਕਰਨਾ ਹੈਗਾ ਔਨਲਾਈਨ ਅਪਲਾਈ ਕਰਨਾ, ਪਹਿਲੀ ਤਾਂ ਗੱਲ ਇਹ ਵੀ ਉਹਦੇ 3ਜੀ 4ਜੀ ਅਤੇ 5ਵੀਂ ਜਿਹੜੀ ਕਲਾਸ ਹੈਗੀ ਆ ਉਹ ਬਿਨਾਂ ਫੇਲ ਹੋਏ ਬੱਚੇ ਨੇ ਪਾਸ ਕੀਤੀ ਹੋਵੇ। 3ਜੀ ਅਤੇ 4ਜੀ ਦੀ ਗੱਲ ਆਪਾਂ ਕਰਦੇ ਹਾਂ ਕਿਉਂਕਿ 5ਵੀਂ ਦਾ ਤਾਂ ਹਲੇ ਬੱਚਾ ਹੁਣ 5ਵੀਂ ਤਾਂ ਪੜ੍ਹ ਰਿਹਾ ਹੈਗਾ ਨਾ। ਸੋ ਦੂਸਰੀ ਗੱਲ, ਤੁਸੀਂ ਜਿਹੜੇ ਸਕੂਲ ਤਕਰੀਬਨ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਸਕੂਲ ਖੁੱਲ੍ਹਿਆ ਹੋਇਆ, ਸਪੋਜ਼ ਆਪਣੇ ਮੋਗਾ ਜ਼ਿਲ੍ਹਾ ਹੈਗਾ ਉਸ ਦੇ ਵਿੱਚ ਲੋਹਾਰੀ ਪਿੰਡ ਦੇ ਵਿੱਚ ਇਹ ਸਕੂਲ ਖੁੱਲ੍ਹਿਆ ਹੋਇਆ, ਲੁਧਿਆਣਾ ਜ਼ਿਲ੍ਹਾ ਹੈਗਾ ਉੱਥੇ ਧਨਾਨਸੂ ਵਿੱਚ ਖੁੱਲ੍ਹਿਆ ਹੋਇਆ, ਜ਼ਿਲ੍ਹਾ ਸੰਗਰੂਰ ਦੇ ਵਿੱਚ ਵੀ ਲੌਂਗੋਵਾਲ ਦੇ ਵਿੱਚ ਖੁੱਲ੍ਹਿਆ ਹੋਇਆ, ਇਸ ਤੋਂ ਇਲਾਵਾ ਅਲੱਗ ਅਲੱਗ ਸਕੂਲ ਹੈ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਇੱਕ ਸਕੂਲ ਹੈਗਾ। ਅਤੇ ਜੇ ਤੁਸੀਂ ਜਿਹੜੇ ਸਕੂਲ ਦੇ ਜਿਹੜੇ ਜ਼ਿਲ੍ਹੇ ਦੇ ਵਿੱਚ ਤੁਹਾਡਾ ਬਰਥ ਹੈਗਾ ਵਾ ਹੋਇਆ ਬਰਥ ਜ਼ਿਲ੍ਹਾ ਜਿਹੜਾ ਤੁਹਾਡਾ ਹੈਗਾ ਵਾ, ਤੁਸੀਂ ਉਸੇ ਸਕੂਲ ਦੇ ਵਿੱਚ ਦਾਖਲਾ ਲੈ ਸਕਦੇ ਹੋ, ਤੁਸੀਂ ਉੱਥੇ ਹੀ ਅਪਲਾਈ ਕਰਨਾ ਹੈਗਾ। ਸਪੋਜ਼ ਤੁਸੀਂ ਮੋਗੇ ਜ਼ਿਲ੍ਹੇ ਦੇ ਵਿੱਚ ਪੈਦਾ ਹੋਏ ਹੋ ਤਾਂ ਤੁਸੀਂ ਲਹਾਰਾ ਸਕੂਲ ਦੇ ਵਿੱਚ ਐਲੀਜੀਬਲ ਹੈਗੇ ਹੋ ਦਾਖਲਾ ਲੈਣ ਵਾਸਤੇ। ਸੋ ਦਾਖਲਾ ਔਨਲਾਈਨ ਭਰਿਆ ਜਾਣਾ, ਫਾਰਮ ਜਿਹੜਾ ਭਰਿਆ ਜਾਣਾ ਉਹ ਔਨਲਾਈਨ ਪ੍ਰਕਿਰਿਆ ਚੱਲ ਰਹੀ ਆ। ਵੈਬਸਾਈਟ ਨੋਟ ਕਰ ਲਓ, www.navodaya.gov.in। ਇਸ ਵੈਬਸਾਈਟ 'ਤੇ ਤੁਸੀਂ ਜਾ ਕੇ ਔਨਲਾਈਨ ਅਪਲਾਈ ਕਰ ਸਕਦੇ ਹੋ। 16 ਸਤੰਬਰ 2024 ਤੋਂ ਪਹਿਲਾਂ ਅਪਲਾਈ ਕਰਨਾ ਹੋਊਗਾ ਅਤੇ ਜਿਹੜਾ ਇਹਦਾ ਪੇਪਰ ਹੈਗਾ ਵਾ ਪ੍ਰਵੇਸ਼ ਪ੍ਰੀਖਿਆ ਜਿਹਨੂੰ ਆਪਾਂ ਕਹਿੰਦੇ ਹਾਂ ਉਹ 18 ਜਨਵਰੀ 2025 ਨੂੰ ਹੋਊਗੀ। ਸੋ ਵੱਖ ਵੱਖ ਤੁਹਾਡੇ ਜ਼ਿਲ੍ਹੇ ਦੇ ਵਿੱਚ ਹੀ ਸੈਂਟਰ ਬਣਨਗੇ, ਉਸੇ ਜ਼ਿਲ੍ਹੇ ਦੇ ਵਿੱਚ ਸੈਂਟਰ ਜਿੱਥੇ ਤੁਹਾਡਾ ਆਏਗਾ ਤੁਸੀਂ ਉੱਥੇ ਟੈਸਟ ਦਿਓਗੇ। ਸੋ ਦੋਸਤੋ, ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਵੀ ਇਹ ਸਕੂਲ ਹੈਗੇ ਨੇ ਜਿਹੜੇ, ਇਸ ਸਕੂਲ ਦੇ ਵਿੱਚ ਜਿੱਥੇ ਐਜੂਕੇਸ਼ਨ ਬਿਲਕੁਲ ਫ੍ਰੀ ਹੈ ਉੱਥੇ ਰਹਿਣਾ ਵੀ ਬਿਲਕੁਲ ਫ੍ਰੀ ਹੈ, ਖਾਣਾ ਪਾਣੀ ਸਭ ਕੁਛ ਫ੍ਰੀ ਹੈ, ਵਰਦੀਆਂ ਬੁੱਕਸ ਵਗੈਰਾ ਸਭ ਕੁਛ ਫ੍ਰੀ ਆਫ ਕੋਸਟ ਮਿਲਦਾ। ਇਸ ਕਰਕੇ ਇਹ ਜਿਹੜੇ ਸਕੂਲ ਹੈਗੇ ਨੇ ਇਹਨਾਂ ਸਕੂਲਾਂ ਵਿੱਚ ਸਿਰਫ ਉਹੀ ਬੱਚੇ ਪਹੁੰਚਦੇ ਨੇ ਜਿਹੜੇ ਬੱਚੇ ਬਹੁਤ ਹੀ ਪੜ੍ਹਨ ਦੇ ਵਿੱਚ ਹੁਸ਼ਿਆਰ ਹੈਗੇ ਨੇ। ਜਿਹੜੀ ਦਾਖਲਾ ਪ੍ਰੀਖਿਆ ਹੋਵੇਗੀ ਉਹਦੇ ਵਿੱਚ ਜਿਹੜੇ ਬੱਚੇ ਮੈਰਿਟ ਦੇ ਵਿੱਚ ਆਉਣਗੇ, ਜਿੰਨੀਆਂ ਸੀਟਸ ਹੋਣਗੀਆਂ ਸਕੂਲ ਦੀਆਂ, ਉਹ ਬੱਚਿਆਂ ਨੂੰ ਉੱਥੇ ਦਾਖਲਾ ਮਿਲਦਾ ਹੈਗਾ। ਸੋ ਅਗਰ ਤੁਹਾਡੇ ਬੱਚੇ ਪੜ੍ਹਨ ਨੂੰ ਬਹੁਤ ਹੁਸ਼ਿਆਰ ਹੈਗੇ ਨੇ ਤਾਂ ਤੁਹਾਨੂੰ ਜ਼ਰੂਰ ਇਹਨਾਂ ਸਕੂਲਾਂ ਦੇ ਵਿੱਚ ਦਾਖਲੇ ਵਾਸਤੇ ਯਤਨ ਕਰਨੇ ਚਾਹੀਦੇ ਨੇ ਤੁਹਾਡੇ ਬੱਚਿਆਂ ਦੇ, ਕਿਉਂਕਿ ਇਹਨਾਂ ਸਕੂਲਾਂ ਦੇ ਵਿੱਚੋਂ ਹੀ ਪੜ੍ਹ ਕੇ ਅੱਗੇ ਬੱਚੇ ਬਹੁਤ ਉੱਚੇ ਉੱਚੇ ਅਹੁਦਿਆਂ 'ਤੇ ਪਹੁੰਚਦੇ ਹੈਗੇ ਨੇ। ਸੋ ਅਗਰ ਕਿਸੇ ਤਰ੍ਹਾਂ ਦੇ ਤੁਹਾਨੂੰ ਕੋਈ ਕਨਫਿਊਜ਼ਨ ਹੋਵੇ ਇਹਨਾਂ ਦਾਖਲਿਆਂ ਨਾਲ ਸੰਬੰਧਿਤ, ਤਾਂ ਜਿਹੜੀ ਵੈਬਸਾਈਟ ਤੁਹਾਨੂੰ ਦੱਸੀ ਗਈ ਹੈ ਤੁਸੀਂ ਉਸ ਵੈਬਸਾਈਟ 'ਤੇ ਜਾਓਗੇ ਤਾਂ ਉੱਥੇ 'ਤੇ ਤੁਹਾਨੂੰ ਸਾਰੀ ਤਕਰੀਬਨ ਡਿਟੇਲ ਦਿੱਤੀ ਹੋਈ। ਸੋ ਦੋਸਤੋ, ਲੱਗਦਾ ਤੁਹਾਡੇ ਬੱਚੇ ਬਹੁਤ ਵਧੀਆ ਹੈਗੇ ਨੇ ਤਾਂ ਉਹਨਾਂ ਨੂੰ ਅਜਿਹੇ ਸਕੂਲਾਂ ਦੇ ਵਿੱਚ ਪੜ੍ਹਨ ਵਾਸਤੇ ਜ਼ਰੂਰ ਪਾਓ। ਆਪਾਂ ਦਾਖਲਾ ਪ੍ਰੀਖਿਆ ਦਵਾਓ ਅਤੇ 16-9 ਤੋਂ ਪਹਿਲਾਂ ਅਪਲਾਈ ਕਰ ਦਿਓ ਅਤੇ 18 ਜਨਵਰੀ 2025 ਨੂੰ ਇਹਦਾ ਪੇਪਰ ਹੋਊਗਾ। ਅਤੇ ਅਗਰ ਤੁਹਾਨੂੰ ਵੀਡੀਓ ਇਹ ਵਧੀਆ ਲੱਗੀ ਤਾਂ ਤੁਸੀਂ ਹੋਰਾਂ ਨਾਲ ਵੀ ਸ਼ੇਅਰ ਕਰੋ ਤਾਂ ਜੋ ਵੱਧ ਤੋਂ ਵੱਧ ਜਿਹੜੇ ਬ੍ਰਿਲੀਅੰਟ ਬੱਚੇ ਨੇ, ਮੈਰੀਟੋਰੀਅਸ ਬੱਚੇ ਹੈਗੇ ਨੇ, ਉਹ ਇਹਨਾਂ ਸਕੂਲਾਂ ਦੇ ਵਿੱਚ ਆ ਕੇ ਆਪਣਾ ਦਾਖਲਾ ਲੈ ਸਕਣ ਅਤੇ ਆਪਣਾ ਭਵਿੱਖ ਵਧੀਆ ਬਣਾ ਸਕਣ। ਬਹੁਤ ਬਹੁਤ ਧੰਨਵਾਦ ਜੀ।